ਹਰ ਸਾਲ ਔਲ ਭਾਈਚਾਰੇ ਵੱਲੋਂ ਇਹਨਾਂ ਸਤੀ ਮਾਤਾ ਦੀ ਪੂਜਾ ਕੀਤੀ ਜਾਂਦੀ ਹੈ ਅਤੇ ਲੰਗਰ ਵੀ ਲਗਾਇਆ ਜਾਂਦਾ ਹੈ। ਇਸ ਵਾਰ ਇਸ ਸਮਾਗਮ ਮੌਕੇ ਡਾਕਟਰ ਸ਼ਮਸ਼ੇਰ ਸਿੰਘ ਚੈਰੀਟੇਬਲ ਟਰੱਸਟ ਵੱਲੋਂ ਫ੍ਰੀ ਅੱਖਾਂ ਦਾ ਚੈੱਕਅਪ ਕੈਂਪ ਵੀ ਲਗਾਇਆ ਗਿਆ, ਜਿਸ ਵਿੱਚ ਡਾਕਟਰ ਸਰਬਜੀਤ ਸਿੰਘ ਅਤੇ ਉਹਨਾਂ ਦੀ ਪੂਰੀ ਟੀਮ ਨੇ ਮਰੀਜ਼ਾਂ ਦਾ ਚੈੱਕਅਪ ਕੀਤਾ ਅਤੇ ਫ੍ਰੀ ਦਵਾਈਆਂ ਵੀ ਦਿੱਤੀਆਂ। ਹਾਂਜੀ, ਅੱਜ ਅਸੀਂ ਆਪਣੇ ਪਿਤਾ ਜੀ ਦੇ ਯਾਦ ਦੇ ਵਿੱਚ ਇੱਕ ਟਰੱਸਟ ਬਣਾਇਆ ਹੋਇਆ, ਡਾਕਟਰ ਸ਼ਮਸ਼ੇਰ ਸਿੰਘ ਚੈਰੀਟੇਬਲ ਟਰੱਸਟ। ਅਸੀਂ ਇਸ ਟਰੱਸਟ ਦੇ ਵਿੱਚ ਜ਼ਿਆਦਾਤਰ ਫੈਮਿਲੀ ਮੈਂਬਰਸ ਹਾਂ। ਵੱਡੇ ਭਾਈ ਸਾਹਿਬ ਤਾਂ ਹੈ ਹੀ ਹੈ, ਇਹਨਾਂ ਦਾ ਆਸ਼ੀਰਵਾਦ ਸਾਡੇ ਨਾਲ ਹੀ ਹੁੰਦਾ ਅਤੇ ਬਾਕੀ ਕੁਛ ਹੋਰ ਮੈਂਬਰ ਵੀ ਹੈ। ਅਸੀਂ ਇਸ ਵਕਤ 10 ਮੈਂਬਰ ਹੈਗੇ ਟਰੱਸਟ ਦੇ ਅਤੇ ਸਾਡਾ ਬੇਸਿਕ ਇਹ ਏਜੰਡਾ ਕਿ ਅਸੀਂ ਜਿਹੜੇ ਅੰਡਰ ਪ੍ਰਿਵਲੇਜਡ ਲੋਕ ਆ ਜਾਂ ਹੇਠਲੇ ਤਬਕੇ ਦੇ ਲੋਕ ਆ ਜਿਹੜੇ ਅਫੋਰਡ ਨਹੀਂ ਕਰ ਸਕਦੇ ਮੈਡੀਕਲ ਟ੍ਰੀਟਮੈਂਟ, ਖਾਸ ਕਰਕੇ ਅੱਖਾਂ ਦਾ ਟ੍ਰੀਟਮੈਂਟ, ਉਹਨਾਂ ਵਾਸਤੇ ਅਸੀਂ ਜਿੰਨਾ ਕੁਛ ਕਰ ਸਕੀਏ ਆਪਣੇ ਹਸਪਤਾਲ ਵੱਲੋਂ ਔਰ ਆਪਣੇ ਟਰੱਸਟ ਵੱਲੋਂ ਉਹ ਅਸੀਂ ਸਾਰਾ ਕੁਛ ਕਰਨ ਦੀ ਕੋਸ਼ਿਸ਼ ਕਰਾਂਗੇ। ਕੁਛ ਜਿਹੜੇ ਇਲਾਕੇ ਖੰਨੇ ਦੇ ਜਾਂ ਖੰਨੇ ਦੇ ਨੇੜੇ ਪਿੰਡਾਂ ਦੇ ਇਲਾਕੇ ਆ ਜਿੱਥੇ ਇਹੋ ਜਿਹੇ ਕੁਛ ਇਲਾਕੇ ਹੈਗੇ ਜਿੱਥੋਂ ਬੰਦੇ ਬਿਲਕੁਲ ਟ੍ਰੀਟਮੈਂਟ ਕਿਸੇ ਤਰੀਕੇ ਦਾ ਅਫੋਰਡ ਨਹੀਂ ਕਰ ਸਕਦੇ, ਉਹਨਾਂ ਨੂੰ ਅਸੀਂ ਅਡੋਪਟ ਕਰਾਂਗੇ। ਬਿਊਰੋ ਰਿਪੋਰਟ, ਆਪਣਾ ਟੀਵੀ, ਖੰਨਾ।